ਜਦੋਂ ਤੁਹਾਡੀ ਕੋਈ ਕਦਰ ਨਾ ਕਰੇ ਤਾਂ ਉਹਦੀ ਜ਼ਿੰਦਗੀ 'ਚੋਂ ਦੂਰ ਰਹਿਣਾ ਹੀ ਚੰਗਾ ਆ। ਰਿਸ਼ਤਿਆਂ ਨੂੰ ਵਕਤ ਦੇਣਾ ਸਿੱਖੋ, ਪਿਆਰ ਵੀ ਰਹੇਗਾ ਅਤੇ ਸਾਥ ਵੀ ਰਹੇਗਾ। ਚੱਲ ਛੱਡ ਮਨਾ, ਕੀ ਜਾਣਾ ਉਹਦੇ ਦਰ 'ਤੇ ਜਿਹਨੂੰ ਸਾਰੀ ਨਹੀਂ ਮੇਰੇ ਹਾਲਾਤਾਂ ਦੀ। ਰੂਪ ਸਜਦਾ ਕਰੀਏ ਤਾਂ ਉਹਦੇ ਦਰ 'ਤੇ ਜਾ ਕੇ ਕਰੀਏ, ਜਿੱਥੇ ਕਦਰ ਹੋਵੇ ਜਜ਼ਬਾਤਾਂ ਦੀ। ਵੇਖ ਕਿੱਦਾਂ ਸਟੇਟਸ ਲੱਗਣ ਡਏ ਆ। ਇੱਕ ਤਾਂ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਵੀ ਜਦੋਂ ਇਹ ਜਨਾਨੀਆਂ ਲੜਦੀਆਂ ਆ ਇਹਨਾਂ ਨੂੰ ਉਸੇ ਤਰ੍ਹਾਂ ਦੇ ਸਟੇਟਸ ਕਿੱਥੋਂ ਲੱਭ ਜਾਂਦੇ ਆ। ਚੱਲ ਕੋਈ ਨਹੀਂ, ਲਾਲਾ ਜਿੰਨੇ ਸਟੇਟਸ ਲਾਉਣੇ ਆ, ਆਉਣਾ ਤਾਂ ਫਿਰ ਇੱਥੇ ਹੀ ਆ ਨਾ। ਥੱਕ ਗਈ ਹਾਂ ਕਿਤੇ ਕੰਮ ਕਰ ਕਰਕੇ। ਮੁੰਡਾ ਤਾਂ ਆਪਣੀ ਆਕੜ 'ਚ ਬਹਿ ਗਿਆ ਆ, ਭੁਗਤਣੀ ਤਾਂ ਮੈਨੂੰ ਪੈਣ ਡਿਆ ਆ। ਮਹਾਂ ਮਹਾਂ ਮੇਰੀ ਪ੍ਰਮੋਸ਼ਨ ਹੋਈ ਸੀ, ਮੈਨੂੰ ਕੰਮ ਨਹੀਂ ਸੀ ਕਰਨਾ ਪੈਂਦਾ, ਫਿਰ ਮੈਨੂੰ ਉੱਥੇ ਲਿਆ ਕੇ ਖਿਲਾਰਤਾ ਇਹਨੇ। ਮੈਂ ਤਾਂ ਸੋਚਣ ਡੀ ਹਾਂ, ਮੁੰਡਾ ਕਹਿੰਦਾ ਵੀ ਸੀ ਵੀ ਜੇ ਤੈਨੂੰ ਜ਼ਿਆਦਾ ਹੀ ਜ਼ਰੂਰਤ ਹੈ ਨਾ ਤਾਂ ਤੂੰ ਲੈ ਆ, ਇੱਦਾਂ ਕਰਦੀ ਹਾਂ। ਮੈਂ ਲੈ ਆਉਂਦੀ ਹਾਂ, ਇਹੋ ਹੀ ਆ ਨਾ, ਚਾਰ ਗੱਲਾਂ ਹੀ ਕਰ ਲੈਣਗੇ, ਜੇ ਉਹਨੇ ਕਿਤੇ ਦੱਸ ਵੀ ਦਿੱਤਾ ਹੋਏਗਾ ਆਪਣੇ ਘਰ 'ਤੇ ਮੈਨੂੰ ਸੁੱਖ ਤਾਂ ਹੋਏਗਾ ਕੰਮ ਕਰਨ ਦਾ। ਇੱਦਾਂ ਹੀ ਕਰਦੀ ਹਾਂ, ਮੈਂ ਲੈਣ ਚਲ ਜਾਂਦੀ ਹਾਂ। ਕੀ ਕਰਾਂ, ਜਾਣਾ ਤਾਂ ਪੈਣਾ ਹੀ ਆ। ਨਹੀਂ ਤੂੰ ਕੀ ਫੋਨ ਵੱਲ ਵੇਖ ਵੇਖ ਕੇ ਤੇ ਹੱਸੀ ਜਾਂਦਾ ਆ। ਸੰਦੀਪ ਦਾ ਹਾਲ ਵੇਖ ਲਾ, ਮੈਨੂੰ ਲਾ ਲਾ ਕੇ ਤੇ ਸਟੇਟਸ ਪਾਉਣ ਡੀ ਆ। ਨਹੀਂ ਜੇ ਉਹ ਸਟੇਟਸ ਪਾਉਣ ਡੀ ਆ ਤੇ ਜਾ ਉਹਨੂੰ ਜਾ ਕੇ ਲੈ ਆ। ਮੰਮੀ ਮੈਂ ਕਿਉਂ ਲੈ ਕੇ ਆਵਾਂ, ਆਪਣੀ ਮਰਜ਼ੀ ਨਾਲ ਗਈ ਸੀ, ਆਪੇ ਆ ਜਾਊਗੀ। ਨਹੀਂ ਤੂੰ ਪਾਗਲ ਹੋ ਗਿਆ ਆ, ਜਾ ਜਾ ਕੇ ਤੇ ਲੈ ਆ। ਨਹੀਂ ਪਾਗਲ ਮੈਂ ਕੀ ਹੋ ਗਿਆ ਮੰਮੀ, ਪਾਗਲ ਤੇ ਉਹ ਹੋ ਗਈ ਆ, ਸਟੇਟਸ ਕੱਲੇ ਮੈਨੂੰ ਨਹੀਂ ਵਿਖਣ ਡੇ, ਹੋਰ ਰਿਸ਼ਤੇਦਾਰਾਂ ਨੂੰ ਵੀ ਵਿਖਣਗੇ। ਜੇ ਨਹੀਂ ਨਾ ਤੂੰ ਜਾਣਾ ਤਾਂ ਮੈਂ ਚੱਲੀ ਉਹ ਲੈਣ। ਮੰਮੀ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀਗਾ ਵੀ ਜੇ ਤੈਨੂੰ ਬਹੁਤਾ ਹੀ ਉਹਦਾ ਹੀ ਜਾਂਦਾ ਆ ਨਾ ਤੇ ਜਾ ਕੇ ਤੇ ਲੈ ਆਇਆ ਫਿਰ ਆਪੇ। ਚੰਗਾ ਮੈਂ ਜਾਂਦੀ ਹਾਂ ਲੈਣ ਫਿਰ। ਤੇ ਮੇਰੀ ਗੱਲ ਸੁਣ, ਜੇ ਮੇਰੇ ਵੱਲੋਂ ਪੁੱਛਣਗੇ ਤੇ ਬਹਾਨਾ ਬੁਹਾਨਾ ਮਾਰ ਦੀ ਕੋਈ, ਕਈ ਉਹ ਕਿਤੇ ਗਿਆ ਆ, ਉਹ ਤਾਂ ਨਹੀਂ ਆਇਆ ਨਾਲ। ਚੰਗਾ ਮਾਰ ਦਾਂਗੀ ਬਹਾਨਾ।
ਕੀ ਕਰਨ ਡਏ ਆ? ਐਲਬਮ ਦੇਖਣ ਡਏ, ਫੋਟੋ ਵੇਖਣ ਡਏ, ਆਪਣੀ ਯਾਦਾਸ਼ਤ ਕਰਨ ਡਏ ਤਾਜੀ। ਅੱਛਾ, ਤੇ ਮੈਂ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ। ਹਾਂ, ਕਿਹੜੀ ਗੱਲ? ਉਹ ਸੰਦੀਪ ਕਹਿੰਦੀ ਮੈਂ ਨਹੀਂ ਜਾਣਾ ਆਪਣੇ ਸਹੁਰੇ। ਕਿਉਂ ਜਾਣਾ ਕਿਉਂ ਨਹੀਂ? ਉਹ ਤਾਂ 3 ਦਿਨ ਵਾਸਤੇ ਰਹਿਣ ਆ ਸੀ, ਅੱਜ ਚੌਥਾ ਦਿਨ। ਮੈਂ ਤਾਂ ਇਹੋ ਸੋਚਿਆ ਕਿ ਅੱਜ ਤੇਜਿੰਦਰ ਲੈਣ ਆਊਗਾ। ਤੁਹਾਨੂੰ ਮੈਂ ਕੀ ਦੱਸਾਂ ਹੁਣ, ਜੋ ਜੋ ਗੱਲਾਂ ਉਹਨੇ ਮੈਨੂੰ ਦੱਸੀਆਂ। ਕਿਹੜੀ ਕਿਹੜੀ ਗੱਲ ਦੱਸੀ ਆ? ਮੈਨੂੰ ਵੀ ਕੁਝ ਪਤਾ ਲੱਗੇ। ਤੂੰ ਤਾਂ ਸਾਨੂੰ ਕੁਛ ਦੱਸਦੀ ਨਹੀਂ ਰਹੀ। ਹੁਣ ਤੁਹਾਨੂੰ ਮੈਂ ਕਿਹਾ ਸੀ ਨਾ, ਮਸ਼ੀਨ ਉਹਨਾਂ ਦੇ ਦਿੱਤੀ ਕੁੜੀ ਨੂੰ, ਤੁਸੀਂ ਕਿਹਾ ਕੋਈ ਗੱਲ ਨਹੀਂ ਦੇ ਦਿੱਤੀ ਤੇ। ਹੁਣ ਜਿਹੜੇ ਟੋਪਸ ਪਾਏ ਸੀ ਉਹ ਵੀ ਉਹਨਾਂ ਲਾ ਕੇ ਖਾ ਲਏ। ਸੂਟ ਸਾਟ ਜੋ ਵੀ ਦਿੰਦੇ ਉਹ ਕੁੜੀ ਨੂੰ ਚੁੱਕ ਚੁੱਕ ਦੇਈ ਜਾਂਦੇ ਆ। ਅਤੇ ਫੋਨ ਇਹਦਾ ਟੁੱਟ ਗਿਆ ਤਾਂ ਉਹ ਵੀ ਕਹਿੰਦੇ ਤੇਰੀ ਤਨਖਾਹ ਹੋਊਗੀ ਨਾ ਤਾਂ ਫਿਰ ਬਣਾ ਲਈ। ਉਦੋਂ ਜਦੋਂ ਅਸੀਂ ਫੋਨ ਨਹੀਂ ਸੀ ਲਾਉਂਦੇ ਹੁੰਦੇ, ਇਹਦਾ ਫੋਨ ਲੱਗਦਾ ਨਹੀਂ ਤੇ ਫੋਨ ਟੁੱਟ ਗਿਆ ਸੀ ਇਹਦਾ। ਨਾ ਤਾਂ ਤੇਜਿੰਦਰ ਇਹਦਾ ਸਾਥ ਦਿੰਦਾ ਅਤੇ ਨਾ ਹੀ ਸੱਸ ਦਿੰਦੀ ਆ। ਹੁਣ ਜਿੱਦਣ ਦੀ ਆਈ 3 ਦਿਨ 4 ਦਿਨ ਹੋ ਗਏ ਨਾ, ਉਹਨਾਂ ਦੋਵਾਂ ਨੇ ਕਿਤੇ ਫੋਨ ਨਹੀਂ ਇਹਨੂੰ ਕੀਤਾ। ਲੈਣ ਉਹਨਾਂ ਕਿੱਥੋਂ ਆਉਣਾ ਇਹਨੂੰ? ਉਹ ਕਹਿੰਦੀ ਮੈਂ ਨਹੀਂ ਜਾਣਾ। ਅੱਛਾ, ਇਹਨਾਂ ਦੀ ਇੰਨੀ ਹਿੰਮਤ? ਪਹਿਲਾਂ ਕਿਉਂ ਨਹੀਂ ਦੱਸਿਆ ਕੁੜੀ ਨੇ ਸਾਨੂੰ? ਕੁੜੀਆਂ ਵਿਚਾਰੀਆਂ ਕਿੱਥੇ ਦੱਸਦੀਆਂ ਵਾ ਸਹੁਰਿਆਂ ਦੀ ਗੱਲ ਕੋਈ? ਉਹ ਤਾਂ ਇਹੋ ਸੋਚਦੀਆਂ ਵੀ ਚੱਲ ਮੇਰਾ ਘਰ ਬਣਿਆ ਰਹੇ, ਉਹਨੂੰ ਹਾਰ ਕੇ ਦੱਸਣਾ ਪਿਆ। ਵਿਚਾਰੀ ਕਹਿੰਦੀ ਮੈਂ ਤਾਂ ਨਹੀਂ ਤੁਹਾਨੂੰ ਦੱਸਦੀ ਪਈ, ਇੱਕ ਤਾਂ ਤੁਸੀਂ ਪੂਜਾ ਵੱਲੋਂ ਦੁਖੀ ਜੇ ਅਤੇ ਇੱਕ ਮੈਂ ਤੁਹਾਨੂੰ ਦੱਸ ਕੇ ਦੁਖੀ ਕਰਾਂ। ਤੂੰ ਉੱਥੇ ਹੀ ਘੁੱਟ ਵੱਟ ਕੇ ਜਿੰਦੀ ਰਹੀ ਅਤੇ ਪਰ ਉਹਨੂੰ ਹੁਣ ਦੱਸਣਾ ਪਿਆ। ਇਹੋ ਹੀ ਤਾਂ ਗੱਲ ਮਾਰੀ ਆ ਕੁੜੀਆਂ ਦੀ, ਜਿਹੜੀਆਂ ਦੱਸਦੀਆਂ ਨੀਗੀਆਂ ਆਪਣੇ ਦਿਲ 'ਚ ਦਬਾ ਕੇ ਰੱਖਦੀਆਂ ਗੱਲਾਂ, ਅਤੇ ਸਹੁਰੇ ਚੜ ਜਾਂਦੇ ਭੂਏ ਆ ਜਾਂਦੇ ਹੁਣ ਤੇਜਿੰਦਰ ਨੂੰ ਦਾਦਿਆਂ ਨੂੰ ਪਤਾ। ਚਲੋ ਹੁਣ ਗਰਮ ਨਾ ਹੋਵੋ ਬਹੁਤੇ, ਜੇ ਆਉਣਗੇ ਨਾ ਤਾਂ ਬਹਿ ਕੇ ਗੱਲ ਕਰ ਲਾਂਗੇ, ਕੋਈ ਗੱਲ ਨਹੀਂ। ਠੀਕ ਆ, ਸੰਦੀਪ ਨੂੰ ਕਹਿ ਦੀ ਤੂੰ, ਉਹਨਾਂ ਨੂੰ ਫੋਨ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ, ਉਹਨਾਂ ਨੂੰ ਲੋੜ ਨਹੀਂ ਨਾ ਸੰਦੀਪ ਦੀ, ਸਾਨੂੰ ਵੀ ਕੋਈ ਲੋੜ ਨਹੀਂ ਉਹਨਾਂ ਦੀ। ਸੰਦੀਪ ਆਪਣੇ ਘਰ ਬੈਠੀ ਆ ਨਾ, ਨਹੀਂ ਕਰਦੇ ਫੋਨ ਤਾਂ ਨਾ ਕਰਨ। ਇਹ ਗੱਲ ਸੰਦੀਪ ਨੂੰ ਕਹਿ ਦੀ। ਕਹਿ ਦੂੰਗੀ, ਕੋਈ ਗੱਲ ਨਹੀਂ। ਨਾ ਉਹਨਾਂ ਨੇ ਫੋਨ ਕੀਤਾ ਨਾ ਸੰਦੀਪ ਨੇ ਉਦਣ ਦਾ ਕੀਤਾ, ਕੀ ਪਤਾ ਉੱਥੇ ਕੀ ਹੁੰਦਾ ਰਿਹਾ ਅਤੇ ਕੀ ਨਹੀਂ, ਜਿਹੜਾ ਦਬਾ ਕੇ ਬੈਠੀ ਰਹੀ। ਕੋਈ ਗੱਲ ਨਹੀਂ, ਆਉਣਗੇ ਤਾਂ ਫਿਰ ਵੇਖ ਲਾਂਗੇ। ਕਾਲ ਲੈਂਦੇ ਇੱਕ ਵਾਰੀ, ਫੇਰ ਵੇਖਦੇ ਹਾਂ। ਚੱਲੀ ਹੂੰ ਮੈਂ ਲੈਣ, ਗੇਟ ਬੰਦ ਕਰ ਲਾ। ਤੇਜਿੰਦਰ ਨਹੀਂ ਆਇਆ ਭੈਣ ਜੀ? ਤੇਜਿੰਦਰ ਨੂੰ ਨਾਲ ਲਿਆਉਣਾ ਸੀ। ਹਾਂ ਜੀ, ਉਹ ਨਾ ਤੇਜਿੰਦਰ ਨੂੰ ਕੰਮ ਪੈ ਗਿਆ, ਉਹਨੂੰ ਜਲੰਧਰ ਜਾਣਾ ਪੈ ਗਿਆ। ਅਤੇ ਜਲੰਧਰ ਵਾਪਸ ਕਦੋਂ ਆ ਰਿਹਾ ਜੀ? ਉਹਨੇ ਕੱਲ੍ਹ ਨੂੰ ਆ ਜਾਣਾ ਸ਼ਾਮਾਂ ਨੂੰ ਵਾਪਸ। ਅਤੇ ਫਿਰ ਤੁਸੀਂ ਇਕੱਠੇ ਹੀ ਆ ਜਾਂਦੇ ਮਾਂ ਪੁੱਤ, ਤੁਸੀਂ ਇਕੱਲੇ ਕਿਉਂ ਆਏ? ਉਹ ਭਾਅ ਜੀ ਮੈਂ ਸੋਚਿਆ ਵੀ ਨਾਲੇ ਸੰਦੀਪ ਦੀਆਂ ਸਕੂਲੋਂ ਛੁੱਟੀਆਂ ਹੋਣਗੀਆਂ ਅਤੇ ਚੱਲ ਮੈਂ ਲੈ ਆਉਂਦੀ ਜਾ ਕੇ, ਨਾਲੇ ਆਪਣੇ ਘਰ ਦਾ ਕੰਮ ਕਾਰ ਸਾਂਭੇਗੀ। ਬਸ ਕਰੋ ਭੈਣ ਜੀ, ਕਿਹੜੇ ਕੰਮ ਕਾਰ ਦੀ ਗੱਲ ਕਰਦੇ ਜੇ, ਸਾਨੂੰ ਸਾਰਾ ਕੁਝ ਪਤਾ ਲੱਗ ਗਿਆ। ਤੇਜਿੰਦਰ ਆਊਗਾ ਨਾ ਫਿਰ ਹੀ ਕੁੜੀ ਨੂੰ ਭੇਜਾਂਗੇ, ਇੱਦਾਂ ਕੁੜੀ ਨਹੀਂ ਅਸੀਂ ਭੇਜਣੀ। ਭਾਅ ਜੀ ਇਹ ਕੀ ਕਹਿਣ ਡੇ ਹੋ ਤੁਸੀਂ? ਗੱਲ ਕੀ ਹੋਈ ਆ? ਸੰਦੀਪ ਤੇ ਛੁੱਟੀਆਂ ਕੱਟਣ ਆਈ ਸੀ, ਐਡੀ ਵੱਡੀ ਗੱਲ ਤੁਸੀਂ ਕਿੱਦਾਂ ਕਹਿ ਸਕਦੇ ਹੋ? ਭੈਣ ਜੀ ਇੰਨੇ ਵੀ ਭੋਲੇ ਨਾ ਬਣੋ, ਤੁਹਾਨੂੰ ਸਭ ਕੁਛ ਪਤਾ ਵਾ ਵੀ ਉੱਥੇ ਕੀ ਹੁੰਦਾ ਰਿਹਾ ਸੰਦੀਪ ਨਾਲ। ਉਹ ਤਾਂ ਸਾਨੂੰ ਕੁਛ ਦੱਸ ਨਹੀਂ ਰਹੀ, ਅੱਖ ਹਾਰ ਕੇ ਹੀ ਉਹਨੇ ਦੱਸਿਆ ਸਾਨੂੰ। ਉਹਨੇ ਇਹ ਸੋਚਿਆ ਵੀ ਮੇਰਾ ਮਾਂ ਪਿਓ ਦੁਖੀ ਨਾ ਹੋਵੇ, ਅਤੇ ਜੇ ਅਸੀਂ ਮਸ਼ੀਨ ਦਿੱਤੀ ਉਹਨੂੰ ਚੁੱਕ ਕੇ ਤੁਸੀਂ ਆਪਣੀ ਕੁੜੀ ਨੂੰ ਫੜਾਤੀ, ਮਸ਼ੀਨ ਦੀ ਉਹਨੂੰ ਨਹੀਂ ਲੋੜ, ਜੇ ਉਹਦੇ ਕੰਨਾਂ ਨੂੰ ਟੋਪਸ ਪਾਏ ਉਹ ਵੀ ਤੁਸੀਂ ਲਾ ਕੇ ਮਾਂ ਪੁੱਤਾਂ ਨੇ ਖਾ ਲਏ। ਪਹਿਲੀ ਵਾਰੀ ਆਈ ਉਹਨੂੰ ਸੂਟ ਦਿੱਤਾ ਵਿਚਾਰੀ ਨੂੰ,
ਉਹ ਚੁੱਕੇ ਤੁਸੀਂ ਆਪਣੀ ਕੁੜੀ ਨੂੰ ਫੜਾ ਤਾ ਕਿ ਤੁਹਾਡੀ ਕੁੜੀ ਨੂੰ ਸਭ ਕੁਛ ਚਾਹੀਦਾ, ਉਹਨੂੰ ਕੁਛ ਨਹੀਂ ਚਾਹੀਦਾ, ਉਹ ਵੀ ਕਿਸੇ ਦੀ ਧੀ ਆ। ਅੱਛਾ, ਤੇ ਇਹਨੇ ਸਾਡੇ ਘਰ ਦੇ ਸਾਰੇ ਪਾਚ ਖੋਲ ਦਿੱਤੇ ਆ, ਅਜੇ ਤੁਸੀਂ ਕਹਿੰਦੇ ਹੋ ਵੀ ਸਾਡੀ ਧੀ ਬੜੀ ਸਿਆਣੀ ਆ। ਇਹਨੂੰ ਪੁੱਛੋ ਵੀ ਇਹ ਉੱਥੇ ਕੀ ਕਰਦੀ ਰਹੀ ਆ। ਦੱਸੋ ਕੀ ਕਰਦੀ ਰਹੀ ਉੱਥੇ? ਭੈਣ ਜੀ, ਜਦੋਂ ਦੀ ਗਈ ਆ ਨਾ ਵਿਆਹੀ, ਸਾਡੇ ਘਰ ਵਿੱਚ ਤਾਂ ਇੰਨਾ ਕਿ ਇਹਨੇ ਕਲੇਸ਼ ਪਾਇਆ ਨਾ ਵੀ ਤੁਹਾਨੂੰ ਮੈਂ ਦੱਸ ਨਹੀਂ ਸਕਦੀ। ਇਹਨਾਂ ਦੋਵਾਂ ਜੀਆਂ ਦੀ ਤਾਂ ਕਿਤੇ ਬਣਦੀ ਨਹੀਂ ਹੈਗੀ। ਜਿੱਦਣ ਕਿਤੇ ਮੁੰਡੇ ਨੂੰ ਛੁੱਟੀ ਹੋਵੇ, ਇਹ ਤਾਂ ਮੁੰਡੇ ਦਾ ਜੀਣਾ ਹਰਾਮ ਕਰ ਦਿੰਦੀ ਆ। ਮੁੰਡਾ ਦੋ ਛੁੱਟੀਆਂ ਹੋਣ ਨਾ ਤਾਂ ਬਾਹਰ ਚਲ ਜਾਂਦਾ ਘੁੰਮਣ, ਕਿਤੇ ਮੁੰਡਾ ਘਰ ਨਹੀਂ ਟੇਕਦਾ ਇਸੇ ਕਲੇਸ਼ ਤੋਂ ਡਰਦਾ। ਅਤੇ ਜੇ ਮੁੰਡੇ ਦੀ ਇਹਦੇ ਨਾਲ ਬਣਦੀ ਨਹੀਂ ਨਾ ਤਾਂ ਹੀ ਜਾਂਦਾ, ਉਹ ਬਣਾਵੇ ਹਾਂ ਇਹਦੇ ਨਾਲ, ਇਹ ਵੀ ਤਾਂ ਉੱਥੇ ਘੁੱਟ ਘੁੱਟ ਜੀਣ ਡਈ ਆ ਨਾ। ਤੁਸੀਂ ਕਿੰਨਾ ਕਿ ਇਹਨੂੰ ਸੌਖੀ ਰੱਖਿਆ ਉੱਥੇ, ਤੁਸੀਂ ਤਾਂ ਨਹੀਂ ਇਹਦੇ ਵੱਲ ਵੇਂਦੇ ਵੀ ਇਹ ਵੀ ਕਿਸੇ ਦੀ ਧੀ ਆ, ਆਪਣੀ ਤੁਹਾਨੂੰ ਧੀ ਬੜੀ ਚੰਗੀ ਲੱਗਦੀ ਆ। ਭੈਣ ਜੀ, ਜੇ ਤਜਿੰਦਰ ਮੇਰਾ ਪੋਤੀ ਆ ਨਾ ਤਾਂ ਮੈਂ ਇਹਨੂੰ ਵੀ ਆਪਣੀ ਧੀ ਬਣਾ ਕੇ ਰੱਖਿਆ ਆ। ਮੈਂ ਤਾਂ ਇਹ ਆਉਂਦੀ ਹਾਂ ਵੀ ਦੋਵਾਂ ਜੀਆਂ ਦੀ ਬਣੇ। ਮੈਂ ਫਿਰ ਵੀ ਸੋਚਦੀ ਹਾਂ ਵੀ ਇਹ ਮੁੰਡਾ ਮੇਰਾ ਦੁਖੀ ਨਾ ਹੋਵੇ, ਘਰ ਵੱਸਦਾ ਰਹੇ ਇਹਨਾਂ ਦਾ। ਭੈਣ ਜੀ, ਜੇ ਸੋਚਦੇ ਹੁੰਦੇ ਨਾ ਤਾਂ ਸੰਦੀਪ ਤੁਹਾਡੇ ਕੋਲ ਇੱਦਾਂ ਨਾ ਆਉਂਦੀ ਵੀ ਮੈਨੂੰ ਦੋ ਛੁੱਟੀਆਂ ਤਾਂ ਮੈਂ ਪੇਕੇ ਜਾਣਾ ਵਾਂ, ਦੱਸ ਕੇ ਆਉਂਦੀ ਤੁਹਾਨੂੰ ਕੁਛ। ਉਹ ਰਹਿਣ ਹੀ ਆਈ ਸੀ ਨਾ ਪਰ ਦੁਖੀ ਹੋ ਗਈ ਉਹ, ਤੇ ਤਾਂ ਉਹਦਾ ਜਾਣ ਨੂੰ ਜੀ ਨਹੀਂ ਕੀਤਾ ਇੱਥੋਂ ਜਾਣ ਨੂੰ ਵੀ ਮੈਂ ਨਹੀਂ ਜਾਣਾ ਉੱਥੇ। ਸੰਦੀਪ ਨੂੰ ਤਾਂ ਭੈਣ ਜੀ ਮੈਂ ਆਪ ਹੀ ਇਕੱਲੇ ਆਹੀ ਵੀ ਛੁੱਟੀਆਂ ਤੇ ਜਾ ਚੱਲ ਜਾ। ਸੰਦੀਪ ਨੂੰ ਦੁਖੀ ਕੀਤਾ ਸੀ ਤਾਂ ਹੀ ਆਈ ਨਾ ਉਹ। ਤੁਸੀਂ ਤੇ ਮਾਂ ਪੁੱਤਾਂ ਨੇ ਇੱਕ ਸਲਾਹ ਤੁਹਾਡੀ, ਤੁਸੀਂ ਜੋ ਜੀ ਆਇਆ ਕਰ ਲਿਆ ਇਹਦੇ ਨਾਲ, ਜੋ ਜੀ ਕੀਤਾ ਕਰ ਲਿਆ ਇਹਦੇ ਨਾਲ, ਇਹ ਨਹੀਂ ਕਿਸੇ ਦੀ ਧੀ। ਭੈਣ ਜੀ, ਜਿੱਦਾਂ ਦੀ ਤੁਹਾਡੀ ਧੀ ਆ ਨਾ, ਸੰਦੀਪ ਮੇਰੀ ਵੀ ਧੀ ਆ। ਮੈਂ ਤਾਂ ਧੀਆਂ ਵਾਂਗ ਰੱਖਿਆ ਉਹਨੂੰ, ਨੌਵਾਂ ਵਾਂਗ ਨਹੀਂ ਰੱਖਿਆ। ਬਸ ਕਰੋ ਮੰਮ ਜੀ, ਬਸ ਕਰੋ। ਕਿੰਨੇ ਕੁ ਝੂਠ ਬੋਲੀ ਜਾਂਦੇ ਜੇ, ਜੇ ਮੈਨੂੰ ਆਪਣੀ ਧੀ ਵਾਂਗ ਸਮਝਿਆ ਵਾ ਤਾਂ ਫਿਰ ਮੇਰੀ ਚੀਜ਼ ਚੁੱਕ ਕੇ ਆਪਣੀ ਧੀ ਨੂੰ ਕੱਲ੍ਹ ਹੀ ਦੇ ਦਿੰਦੇ ਜੇ, ਮੈਨੂੰ ਨਹੀਂ ਚਾਹੀਦੀ ਹੁੰਦੀ। ਔਰ ਜਿਹੜਾ ਸੂਟ ਦਿੱਤਾ ਸੀ ਮੰਮੀ ਹੋਣਾਂ ਨੇ, ਉਹ ਤੁਸੀਂ ਚੁੱਕ ਕੇ ਆਪਣੀ ਧੀ ਨੂੰ ਦੇਤਾ, ਮੈਂ ਨਹੀਂ ਪਾ ਸਕਦੀ ਉਹ ਸੂਟ। ਇਹ ਸਾਰਾ ਝੂਠ ਬੋਲਣ ਦੇ ਇੱਥੇ ਆ ਕੇ ਹੁਣ। ਨਾ, ਮੈਂ ਐ ਕੋਈ ਝੂਠ ਬੋਲਣਾ ਆ, ਜੋ ਸੱਚ ਆ ਨਾ ਮੈਂ ਉਹੀ ਦੱਸਣ ਡੀ ਹਾਂ। ਦੇਖੋ ਭੈਣ ਜੀ, ਬਹਿਸ ਕਰਨ ਦਾ ਕੋਈ ਫਾਇਦਾ ਨਹੀਂ, ਜੋ ਤਜਿੰਦਰ ਆਊਗਾ ਨਾਲੇ ਉਹਨੂੰ ਨਾਲ ਲੈ ਕੇ ਆਇਓ, ਚਾਰ ਬੰਦੇ ਵੀ ਬੁਲਾਵਾਂਗੇ ਅਤੇ ਬਹਿ ਕੇ ਗੱਲ ਕਰਾਂਗੇ। ਇੱਦਾਂ ਕੁੜੀ ਨਹੀਂ ਜੇ ਮੈਂ ਭੇਜਣੀ, ਮੇਰੇ ਕੋਲੋਂ ਤਾਂ ਪਿਛਲੀ ਵਾਰੀ ਵੀ ਗਲਤੀ ਹੋ ਗਈ, ਤੁਸੀਂ ਘਰੋਂ ਕੱਢਤੀ ਕੁੜੀ, ਕੁੜੀ ਨਾਲ ਲੜ ਕੇ ਤਾਂ ਇੱਧਰ ਨੂੰ ਭੇਜਤਾ। ਮੈਂ ਤਾਂ ਵੀ ਆਪ ਛੱਡ ਕੇ ਆਇਆ ਕੁੜੀ ਨੂੰ, ਮੈਂ ਕਿਹਾ ਚੱਲ ਕੋਈ ਨਹੀਂ ਅਸੀਂ ਕੁੜੀ ਵਾਲੇ ਹਾਂ, ਝੁਕਣਾ ਹੀ ਚੰਗਾ ਵਾ, ਉਹਦਾ ਘਰ ਵੱਸਦਾ ਰਹੇ। ਤੁਸੀਂ ਤਾਂ ਭੈਣ ਜੀ ਫਿਰ ਉਹੀ ਗੱਲ ਕਰਤੀ। ਨਿਰਮਲ, ਰੋਟੀ ਪਾਣੀ ਸਿਖਾ ਇਹਨਾਂ ਨੂੰ, ਤਜਿੰਦਰ ਨਾਲ ਲੈ ਕੇ ਆਉਂਗੇ ਤੇ ਫਿਰ ਗੱਲਬਾਤ ਕਰਾਂਗੇ। ਚੱਲ ਆ ਜਾ ਸੰਦੀਪ ਤੂੰ। ਨਹੀਂ ਨਹੀਂ ਭੈਣ ਜੀ, ਮੈਂ ਕੁਛ ਨਹੀਂ ਖਾਣਾ ਪੀਣਾ, ਮੈਂ ਖਾ ਕੇ ਆਈ ਹਾਂ। ਡੈਡੀ ਜੀ ਵੱਲੋਂ ਕਿੰਨਾ ਗਲਤ ਸੋਚਦੇ ਸੀ ਕਿ ਡੈਡੀ ਜੀ ਤਾਂ ਬਸ ਇਹੋ ਚਾਹੁੰਦੇ ਆ ਕਿ ਆਪਣੇ ਸਹੁਰੇ ਘਰ ਹੀ ਰਹੇ, ਭਾਵੇਂ ਉਹ ਰਹੇ ਦੁਖੀ ਅਤੇ ਭਾਵੇਂ ਰਹੇ ਸੁਖੀ। ਪਰ ਅੱਜ ਪਤਾ ਲੱਗਾ ਮੈਨੂੰ ਕਿ ਡੈਡੀ ਜੀ ਬਹੁਤ ਪਿਆਰ ਕਰਦੇ ਮੈਨੂੰ,
ਉਹ ਤੇ ਸਿਰਫ ਮੇਰਾ ਘਰ ਵਸਾਉਣਾ ਚਾਹੁੰਦੇ ਆ ਕਿਸੇ ਨਾ ਕਿਸੇ ਤਰੀਕੇ। ਉਹਨਾਂ ਨੇ ਸਾਰੇ ਤਰੀਕੇ ਅਪਣਾਏ, ਪਹਿਲੇ ਪਿਆਰ ਵਾਲਾ ਤੇ ਜੇ ਅੱਜ ਗੁੱਸੇ ਦੀ ਲੋੜ ਪਈ ਤਾਂ ਉਹ ਵੀ ਉਹਨਾਂ ਨੇ ਅਪਣਾਇਆ ਸਿਰਫ ਆਪਣੀ ਧੀ ਖਾਤਰ। ਡੈਡੀ ਜੀ ਚਾਹੁੰਦੇ ਨੇ ਕਿ ਉਹਨਾਂ ਦੀ ਧੀ ਖੁਸ਼ੀ ਰਹੇ ਆਪਣੇ ਸਹੁਰੇ ਪਰਿਵਾਰ 'ਚ, ਕਦੀ ਕੋਈ ਦੁੱਖ ਨਾ ਆਏ ਇੱਥੇ। ਸੱਚੀ ਰੱਬਾ, ਇੱਕ ਧੀ ਦਾ ਪਿਓ ਹੋਣਾ ਨਾ ਬਹੁਤ ਔਖਾ ਕੰਮ ਆ। ਕਿੱਥੇ ਕਿਹੜਾ ਫੈਸਲਾ ਲੈਣਾ, ਕਿੱਦਾਂ ਬੋਲਣਾ ਜਾਂ ਕੀ ਕਰਨਾ, ਇਹ ਬਹੁਤ ਔਖਾ ਕੰਮ ਆ। ਵਾਹਿਗੁਰੂ ਧੀਆਂ ਦੇ ਮਾਂ ਪਿਓ ਨੂੰ ਵੱਡਾ ਹੌਂਸਲਾ ਦਿਓ, ਉਹਨਾਂ ਨੂੰ ਬਹੁਤ ਕੁਝ ਸਹਿਣਾ ਪੈਂਦਾ ਹੈ ਸਿਰਫ ਆਪਣੀ ਧੀ ਖਾਤਰ। ਅਤੇ ਕਈ ਵਾਰੀ ਇਹੋ ਜਿਹੇ ਸਟੈਪ ਚੁੱਕਣੇ ਪੈਂਦੇ ਆ ਜਿਹੜੇ ਉਹਨਾਂ ਸੋਚੇ ਵੀ ਨਹੀਂ ਹੁੰਦੇ। ਸੱਚੀ ਡੈਡੀ ਜੀ, ਅੱਜ ਪਤਾ ਲੱਗਾ ਮੈਨੂੰ ਧੀ ਦਾ ਪਿਓ ਹੋਣਾ ਕੀ ਹੁੰਦਾ। ਸੰਦੀਪ ਨੇ ਤਾਂ ਸਾਰੀਆਂ ਗੱਲਾਂ ਉੱਥੇ ਦੱਸਤੀਆਂ ਆਪਣੇ ਪੇਕੇ ਮਾਂ ਪਿਓ ਨੂੰ। ਪਿਓ ਦਾ ਤਾਂ ਕਿਤੇ ਇੰਨਾ ਗੁੱਸੇ 'ਚ ਸੀ। ਮੈਨੂੰ ਤਾਂ ਪਹਿਲਾਂ ਹੀ ਪਤਾ ਸੀਗਾ ਕਿ ਸਾਰਾ ਕੁਛ ਉਹਨੇ ਦੱਸਤਾ ਵਾ, ਤਾਂ ਹੀ ਨਹੀਂ ਆਈ ਉਹ। ਆਉਂਦਾ ਤਜਿੰਦਰ ਆਏਗਾ ਨਾ ਤਾਂ ਮੈਂ ਫੇਰ ਕੁੜੀ ਤੋਰਨੀ ਆ। ਨਹੀਂ ਗਈ ਤਜਿੰਦਰ ਦੀ ਸਲਾਹ ਨਾ ਸੀ ਉਹ, ਆਪਣੀ ਮਰਜ਼ੀ ਨਾਲ ਗਈ ਸੀ ਕਿ ਮੈਂ ਭੇਜਿਆ ਸੀ ਉਹਨੂੰ। ਮੰਮੀ ਜੇ ਹਾਰ ਗੱਲ ਆ ਨਾ ਤਾਂ ਜਾਣਾ ਮੈਂ ਵੀ ਨਹੀਂ ਆ, ਮੈਂ ਤੈਨੂੰ ਪਹਿਲਾਂ ਕਿਹਾ ਸੀਗਾ। ਵੇਖਦੇ ਆ ਨਾ ਕਿੰਨਾ ਚਿਰ ਰੱਖਦੇ ਆ ਉੱਥੇ ਉਹ। ਮੈਂ ਬੰਦੇ ਦਾ ਪੁੱਤ ਬਣ ਕੇ ਤੇ ਉਹਨੂੰ ਲੈ ਆਇਆ ਚੁੱਪ ਕਰਕੇ ਜਾ ਕੇ, ਕਿਉਂ ਗੱਲ ਨੂੰ ਵਧਾਉਣ ਡਿਆ ਆ? ਮੈਂ ਤੇਰੇ ਨਾਲ ਚੱਲ ਜਾਂਗੀ ਤੇ ਜਾ ਕੇ ਲੈ ਆਉਂਦੇ ਹਾਂ। ਕੀ ਗੱਲ ਵੱਜੂਗੀ, ਵੱਧ ਤੋਂ ਵੱਧ ਤਲਾਕ ਹੀ ਹੋਜੂਗਾ ਨਾ, ਹੋਰ ਕੀ ਹੋ ਚੱਲਿਆ ਆ। ਨਾਲੇ ਮੰਮੀ ਮੈਂ ਤਾਂ ਕੱਲ੍ਹ ਤੋਂ ਚੱਲ ਜਾ ਕਰਨਾ ਆਪਣੇ ਕੰਮ 'ਤੇ, ਸਵੇਰੇ ਜਾਣਾ ਸ਼ਾਮੀ ਆਉਣਾ, ਮੇਰਾ ਤਾਂ ਵਧੀਆ ਟਾਈਮ ਪਾਸ ਹੋ ਜਾਇਆ ਕਰਨਾ ਆ, ਆ ਕੇ ਮੈਂ ਸੌਂ ਜਾਇਆ ਕਰਨਾ ਆ। ਨਹੀਂ ਤੇਰਾ ਤਾਂ ਟਾਈਮ ਪਾਸ ਹੋ ਜੂਗਾ ਅਤੇ ਮੇਰਾ, ਮੇਰੇ ਬਾਰੇ ਵੀ ਤੂੰ ਸੋਚਣਾ। ਨਹੀਂ ਮੈਂ ਹੁਣ ਕੀ ਸੋਚਾਂ, ਜੇ ਤੂੰ ਗਈ ਸੀ ਤਾਂ ਉੱਥੇ ਗੱਲਾਂ ਬਾਤਾਂ ਮਾਰ ਕੇ ਦੋ ਚਾਰ ਅਤੇ ਲੈ ਆਉਂਦੀ ਉਹਨੂੰ ਨਾਲ। ਵੇ ਮੈਂ ਤਾਂ ਬਥੇਰੀਆਂ ਮਾਰੀਆਂ ਸੀ, ਝੂਠ ਅਪਰਾਧ ਬਥੇਰਾ ਬੋਲਿਆ, ਪਰ ਉਹਨਾਂ ਨੇ ਨਹੀਂ ਮੇਰੀ ਇੱਕ ਵੀ ਸੁਣੀ। ਐਰ ਕਿਤੇ ਉਹਨੇ ਪੂਰੇ ਕੰਨ ਭਰੇ ਆ ਮਾਂ ਪਿਓ ਦੇ। ਤੇ ਜੇ ਨਹੀਂ ਸੁਣੀ ਨਾ ਤਾਂ ਮੰਮੀ ਤੂੰ ਵੀ ਸਾਡੀ ਜਿਹੜੀ ਟਾਈਮ ਪਾਸ ਕਰਨ ਦਾ ਕੋਈ ਤਰੀਕਾ ਲੱਭ ਲਾ, ਟੀਵੀ ਟੂਵੀ ਦੇਖ ਲਿਆ ਕਰ। ਪਤਾ ਨਹੀਂ ਹੁਣ ਕੀ ਹੋਣਾ ਹੀ ਆ, ਆਹ ਮੁੰਡਾ ਤਾਂ ਜੇਦੀ ਫੜ ਕੇ ਤਾਂ ਬਹਿ ਗਿਆ ਆ।
ਕੀ ਕਰਾਂ ਮੈਂ ਹੁਣ। ਹਾਂਜੀ, ਹੁਣੇ ਤੁਸੀਂ ਦੇਖਿਆ ਜੀ 9 ਦੇ ਸੁਪਨੇ ਭਾਗ 27, ਅਤੇ ਉਮੀਦ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਹੋਵੇਗਾ। ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਤੁਸੀਂ ਵੀ ਕੋਈ ਵੀ ਸੀਨ ਚਾਹੁੰਦੇ ਜੇ ਵੀਡੀਓ ਦੇ ਵਿੱਚ, ਜੇ ਇੱਦਾਂ ਦਾ ਸੀਨ ਵੀਡੀਓ ਦੇ ਵਿੱਚ ਹੋਣਾ ਚਾਹੀਦਾ ਵਾ, ਕਿਉਂਕਿ ਜਿਹੜੇ ਪਿਛਲੇ ਐਪੀਸੋਡ ਵੀ ਬਣਦੇ ਆਏ ਆ ਨਾ, ਉਹ ਜਿੱਦਾਂ ਜਿੱਦਾਂ ਤੁਸੀਂ ਕਮੈਂਟ ਕਰਦੇ ਜੇ, ਤੁਹਾਡੇ ਸਾਰਿਆਂ ਦੇ ਕਮੈਂਟ ਪੜ੍ਹ ਕੇ ਉਸ ਹਿਸਾਬ ਨਾਲ ਹੀ ਸਟੋਰੀ ਨੂੰ ਢਾਲੀ ਦਾ ਵਾ। ਅਤੇ ਹੁਣ ਵੀ ਜੇ ਤੁਸੀਂ ਚਾਹੁੰਦੇ ਜੇ ਕਿ ਸਟੋਰੀ ਇੱਦਾਂ ਦੀ ਹੋਣੀ ਚਾਹੀਦੀ ਆ, ਜਾਂ ਇਹਨੂੰ ਇੱਥਾਂ ਮੋੜਨਾ ਚਾਹੀਦਾ ਵਾ, ਇਹਦੇ ਵਿੱਚ ਆਹ ਸੀਨ ਹੋਣਾ ਚਾਹੀਦਾ ਵਾ, ਜਾਂ ਤੁਹਾਡੀ ਕੋਈ ਆਪਣੀ ਨਿੱਜੀ ਸਟੋਰੀ ਆ, ਹੈ ਨਾ, ਤੁਸੀਂ ਆਪਣੀ ਸਟੋਰੀ ਸਾਡੇ ਥਰੂ ਦਿਖਾਉਣੀ ਚਾਹੁੰਦੇ ਜੇ, ਉਹ ਵੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਜੇ, ਅਤੇ ਤੁਹਾਡੀ ਸਟੋਰੀ ਦੇ ਹਿਸਾਬ ਨਾਲ ਹੀ ਅੱਗੇ ਵੀ ਸਟੋਰੀ ਨੂੰ ਤੋਰਿਆ ਜਾਊਗਾ। ਅਤੇ ਬਾਕੀ ਕਮੈਂਟ ਕਰਕੇ ਇਹ ਵੀ ਦੱਸਿਓ ਕਿ ਤੁਹਾਨੂੰ ਸਟੋਰੀ ਕਿਸ ਤਰ੍ਹਾਂ ਦੀ ਲੱਗ ਰਹੀ ਆ, ਅਤੇ ਮੈਨੂੰ ਪਤਾ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਦੀ ਪਈ ਆ, ਅਤੇ ਲਾਈਕ ਵੀ ਜ਼ਰੂਰ ਕਰਿਓ। ਥੱਲੇ ਕਦੇ ਰੈੱਡ ਕਲਰ ਦਾ ਬਟਨ ਹੋਏਗਾ, ਉਸ 'ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਸਬਸਕ੍ਰਾਈਬ ਜ਼ਰੂਰ ਕਰ ਲਿਓ। ਅਤੇ ਕਿਉਂਕਿ ਤੁਸੀਂ ਸਬਸਕ੍ਰਾਈਬ ਜਦੋਂ ਕਰੋਗੇ ਤਾਂ ਉਹਦੇ ਨਾਲ ਸਾਡੀ ਵੀ ਸਪੋਰਟ ਹੁੰਦੀ ਆ, ਅਤੇ ਜਦੋਂ ਤੁਸੀਂ ਕਮੈਂਟ ਕਰਦੇ ਜੇ ਉਹਦੇ ਨਾਲ ਸਾਡਾ ਹੌਂਸਲਾ ਵੱਧਦਾ ਆ, ਕਿਉਂਕਿ ਤੁਹਾਨੂੰ ਪਤਾ ਸਾਰੀ ਟੀਮ ਬਹੁਤ ਜ਼ਿਆਦਾ ਮਿਹਨਤ ਕਰਦੀ ਆ, ਕੈਮਰੇ ਦੇ ਬੈਕ ਸਾਈਡ 'ਤੇ ਵੀ, ਅਤੇ ਜਿਹੜੇ ਕੈਮਰੇ ਦੇ ਫਰੰਟ 'ਤੇ ਹੁੰਦੇ ਆ ਉਹਨਾਂ ਸਾਰਿਆਂ ਨੂੰ ਤਾਂ ਤੁਸੀਂ ਦੇਖਦੇ ਹੀ ਜੇ। ਅਤੇ ਜਿਹੜਾ ਐਡੀਟਿੰਗ ਵਾਲੇ ਬੰਦੇ ਮਿਹਨਤ ਕਰਦੇ ਆ, ਮੰਨ ਲਓ ਕੈਮਰਾਮੈਨ ਮਿਹਨਤ ਕਰਦਾ ਆ, ਅਤੇ ਸਾਡੀ ਟੀਮ ਦੀ ਬਹੁਤ ਜ਼ਿਆਦਾ ਮਿਹਨਤ ਲੱਗਦੀ ਆ, ਅਤੇ ਤੁਸੀਂ ਸਾਰਿਆਂ ਨੇ ਜ਼ਰੂਰ ਸਪੋਰਟ ਕਰਨੀ ਆ। ਅਤੇ ਚੰਗਾ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਆਪਣਾ ਖਿਆਲ ਰੱਖਿਓ।